ਖਬਰ ਬਲਾਕ ਮਹਾਲਪੁਰਾ ਅਧੀਨ ਆਉਂਦੇ ਪਿੰਡ ਈਸਪੁਰ ਦੀ ਹੈ ਜਿੱਥੇ ਅੱਜ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਵੱਲੋਂ ਇੱਕ ਮੈਡੀਕਲ ਸਟੋਰ ਤੇ ਛਾਪੇਮਾਰੀ ਦੌਰਾਨ 10 ਲੱਖ ਦੇ ਕਰੀਬ ਮੁੱਲ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਸਾਂਝੇ ਤੌਰ ਤੇ ਇੱਕ ਆਪਰੇਸ਼ਨ ਚਲਾਇਆ ਗਿਆ। ਫਿਲਹਾਲ ਅਜੇ ਤੱਕ ਸਿਹਤ ਵਿਭਾਗ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਸੀ। ਗੱਲਬਾਤ ਦੌਰਾਨ ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬਲਾਕ ਮਾਹਲਪੁਰ ਦੇ ਪਿੰਡ ਈਸਪੁਰ 'ਚ ਇੱਕ ਮੈਡੀਕਲ ਸਟੋਰ ਵੱਲੋਂ ਪਾਬੰਦੀਸ਼ੁਦਾ ਮਿਆਦ ਫੂਕੀਆਂ ਅਤੇ ਗੈਰ ਕਾਨੂੰਨੀ ਢੰਗ ਨਾਲ ਸਟੋਰ ਕੀਤੀਆਂ ਗਈਆਂ ਦਵਾਈਆਂ ਵੇਚੀਆਂ ਜਾ ਰਹੀਆਂ ਨੇ, ਜਿਸ ਉੱਤੇ ਵਿਭਾਗ ਵੱਲੋਂ ਪੱਕੇ ਪੈਰੀ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਉਕਤ ਮੈਡੀਕਲ ਸਟੋਰ 'ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਕਿ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਮਿਆਦ ਫੂਕੀਆਂ ਅਤੇ ਗੈਰ ਕਾਨੂੰਨੀ ਢੰਗ ਨਾਲ ਸਟੋਰ ਕੀਤੀਆਂ ਗਈਆਂ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੀਮਤ 10 ਲੱਖ ਰੁਪਏ ਦੇ ਕਰੀਬ ਹੈ। ਡਰੱਗ ਇੰਸਪੈਕਟਰ ਨੇ ਦੱਸਿਆ ਕਿ ਵਿਭਾਗ ਵੱਲੋਂ NDPS ਐਕਟ ਦੇ ਤਹਿਤ ਕੌਸਮੈਟਿਕ ਐਂਡ ਡਰੱਗ ਐਕਟ 1940 ਦੀ ਧਾਰਾ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਅਸੀਂ ਰੂਟੀਨ ਇੰਸਪੈਕਸ਼ਨ ਲਈ ਰਾਣਾ ਮੈਡੀਕਲ ਸਟੋਰ ਅੱਡਾ ਈਸਪੁਰ ਵਿੱਚ ਆਏ ਸੀਗੇ। ਰੂਟੀਨ ਇੰਸਪੈਕਸ਼ਨ ਦੌਰਾਨ ਸਾਨੂੰ ਕੁਝ ਨਾਰਕੋਟਿਕ ਡਰੱਗਸ ਜਿਹੜੀਆਂ ਮਿਲੀਆਂ, ਉਸ ਤੋਂ ਬਾਅਦ ਅਸੀਂ ਪੁਲਿਸ ਆਫਿਸਰ ਮੈਮ ਸੁਖਦੀਪ ਕੌਰ ਜੀ ਨੂੰ ਇਨਫੋਰਮ ਕੀਤਾ। ਉਸ ਤੋਂ ਬਾਅਦ ਇਹ ਸਾਨੂੰ ਇਹਨਾਂ ਨੇ ਜੁਆਇਨ ਕੀਤਾ, ਚਮਨ ਸਿੰਘ ਜੀ ਨੇ ਨਾਲ ਸਾਨੂੰ ਜੁਆਇਨ ਕੀਤਾ। ਡਿਊਰਿੰਗ ਇੰਸਪੈਕਸ਼ਨ 67 ਟੈਬਲੇਟਸ ਟਰਾਮਾਡੋਲ ਅਤੇ 17 ਟੈਬਲੇਟ ਜਿਹੜੀਆਂ ਬੁਪਰੀਨੋਰਫੀਨ ਦੀਆਂ ਸਾਨੂੰ ਮਿਲੀਆਂ, ਜੋ ਕਿ NDPS ਦੇ ਅੰਦਰ ਆਉਂਦੀਆਂ ਹੈ ਅਤੇ ਅਸੀਂ ਉਹ ਇਹਨਾਂ ਨੂੰ ਪੁਲਿਸ ਡਿਪਾਰਟਮੈਂਟ ਨੂੰ ਹੈਂਡਓਵਰ ਕਰਾਂਗੇ। ਉਸ ਤੋਂ ਬਾਅਦ ਡਿਊਰਿੰਗ ਇੰਸਪੈਕਸ਼ਨ ਕੁਝ ਮੈਡੀਕਲ ਸਟੋਰ 'ਤੇ ਜਿਹੜੀਆਂ ਐਕਸਪਾਇਰ ਦਵਾਈਆਂ ਪਈਆਂ ਗਈਆਂ, ਜਿਹੜੀ ਡਰੱਗਸ ਐਂਡ ਕੋਸਮੈਟਿਕ ਐਕਟ 1940 ਦੀ ਵਾਇਲੇਸ਼ਨ ਸੀਗੀਆਂ, ਅਸੀਂ ਫਾਰਮ 16 ਦੇ ਉੱਤੇ ਸੀਜ਼ ਕਰ ਲਈਆਂ। ਉਸ ਤੋਂ ਬਾਅਦ ਇੰਸਪੈਕਸ਼ਨ ਦੇ ਦੌਰਾਨ ਹੀ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਇੱਕ ਅਨਲਾਈਸੈਂਸਡ ਪਲੇਸ ਦੇ ਉੱਤੇ ਜਿਹੜੀ ਹੈਗੀ ਮੈਡੀਸਿਨ ਸਟੋਕ ਕੀਤੀ ਹੋਈ ਹੈ। ਉਸ ਵੇਲੇ ਅਸੀਂ ਦੁਬਾਰਾ ਤੋਂ ਇੰਸਪੈਕਸ਼ਨ ਸਟਾਰਟ ਕੀਤੀ ਹੈਗੀ ਆ ਇਹਨਾਂ ਦੇ ਚੁਬਾਰੇ ਦੇ ਉੱਤੇ ਜਿਹੜੀ ਦੁਕਾਨ ਹੈਗੀ ਆ। ਅਪਰੋਕਸੀਮੇਟ 10 ਲੱਖ ਦੇ ਕਰੀਬ ਜਿਹੜੀ ਇਹ ਰਿਕਵਰੀ ਹੋਏਗੀ, ਜਿਹੜੀ ਕਿ ਡਰੱਗਸ ਐਂਡ ਕੋਸਮੈਟਿਕ ਐਕਟ 1940 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਬਾਕੀ ਸਾਡੀ ਕਾਰਵਾਈ ਚੱਲ ਰਹੀ ਹੈਗੀ ਆ, ਜੋ ਵੀ ਕਾਰਵਾਈ ਹੋਏਗੀ ਆਪਾਂ ਅੱਗੇ ਤੁਹਾਨੂੰ ਇਨਫੋਰਮ ਕਰਾਂਗੇ। ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਡਰੱਗ ਇੰਸਪੈਕਟਰ ਸ਼੍ਰੀ ਮਨਪ੍ਰੀਤ ਸਿੰਘ ਵੱਲੋਂ ਪਿੰਡ ਈਸਪੁਰ ਵਿਖੇ ਰਾਣਾ ਮੈਡੀਕਲ ਸਟੋਰ 'ਤੇ ਦਵਾਈਆਂ ਦੀ ਚੈਕਿੰਗ ਕਰਨੀ ਹੈ। ਉੱਥੇ ਪਹੁੰਚੋ ਤਾਂ ਅੱਜ ਅਸੀਂ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ ਹਾਂ ਅਤੇ ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਦਵਾਈਆਂ ਦੀ ਫਿਲਹਾਲ ਚੈਕਿੰਗ ਕਰ ਰਹੇ ਆ ਅਤੇ ਜੋ ਵੀ ਦਵਾਈਆਂ ਚੈਕਿੰਗ ਤੋਂ ਬਾਅਦ ਸਾਨੂੰ ਰਿਪੋਰਟ ਦੇਣਗੇ, ਉਹਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕਰਤੀ ਜਾਵੇਗੀ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਜਗਬਾਣੀ TV। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।